ਪੰਜਾਬ ਦੇ ਵਿੱਚ ਵੱਡੇ ਵਪਾਰੀਆਂ ਆਮ ਲੋਕਾਂ ਅਤੇ ਸਿਆਸੀ ਲੀਡਰਾਂ ਨੂੰ ਫਿਰੋਤੀ ਲਈ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਧਮਕੀ ਭਰੇ ਫੋਨ ਕੀਤੇ ਜਾ ਰਹੇ ਨੇ ਤੇ ਗੈਂਗਸਟਰਾਂ ਦੇ ਨਾਮ ਤੇ ਫਿਰੋਤੀਆਂ ਮੰਗੀਆਂ ਜਾ ਰਹੀਆਂ ਨੇ। ਤਾਜ਼ਾ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਜਿੱਥੇ ਹਲਕਾ ਜੰਡਿਆਲਾ ਗੁਰੂ ਦੇ ਅਧੀਨ ਪੈਂਦੇ ਮਿਹਰਬਾਨਪੁਰਾ ਇਲਾਕੇ ਦੇ ਵਿੱਚ ਇੱਕ ਵਿਅਕਤੀ ਵੱਲੋਂ ਫੋਨ ਕਰਕੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਨਾਮ ਤੇ ਸਾਬਕਾ ਸਰਪੰਚ ਤੋਂ ਫਿਰੋਤੀ ਮੰਗੀ ਗਈ। 10 ਲੱਖ ਦੀ ਫਿਰੋਤੀ ਦੀ ਮੰਗ ਕੀਤੀ ਜਾਂਦੀ ਹੈ ਤੇ ਜਦੋਂ ਸਾਬਕਾ ਸਰਪੰਚ ਫਿਰੋਤੀ ਦੇ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਆਰੋਪੀ ਵਿਅਕਤੀ ਸਾਬਕਾ ਸਰਪੰਚ ਦੇ ਘਰ ਪਹੁੰਚਦਾ ਅਤੇ ਸਰਪੰਚ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਬੱਚਿਆਂ ਦੇ ਨਾਲ ਵੀ ਬਦਸਲੂਕੀ ਕੀਤੀ ਜਾਂਦੀ ਹੈ। ਜਿਸ ਤੋਂ ਬਾਅਦ ਪੀੜਤ ਸਾਬਕਾ ਸਰਪੰਚ ਥਾਣੇ ਪਹੁੰਚਦਾ ਹੈ, ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਤੇ ਪੁਲਿਸ ਕਾਰਵਾਈ ਕਰਦਿਆਂ ਧਮਕੀ ਦੇਣ ਵਾਲੇ ਆਰੋਪੀ ਸੰਦੀਪ ਸਿੰਘ ਨੂੰ ਗ੍ਰਿਫਤਾਰ ਕਰਦੀ ਹੈ, ਜਿਸ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਪੂਰੇ ਮਾਮਲੇ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਤ ਸਾਬਕਾ ਸਰਪੰਚ ਗੁਰਪਾਲ ਸਿੰਘ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਇਹ ਜੀ ਸੰਦੀਪ ਸਿੰਘ ਉਰਫ ਗਾਜਾ ਪਿੰਡ ਵਡਾਲਾ ਜਾਵਲਿਆ, ਜਿਹੜਾ ਕਿ ਕੰਮ ਕਾਰ ਤਾਂ ਕੋਈ ਕਰਦਾ ਨਹੀਂ ਅਤੇ ਨਸ਼ੇੜੀ ਵੀ ਪੂਰਾ ਅਤੇ ਗੈਂਗਸਟਰ ਵੀ ਆਪਣੇ ਆਪ ਨੂੰ ਦੱਸਦਾ, ਅਤੇ ਉਹਨਾਂ ਗੈਂਗਸਟਰਾਂ ਨਾਲ ਕਾਫੀ ਨੇੜੇ ਦੇ ਸੰਬੰਧ ਦੱਸਦਾ ਤੇ ਕਹਿੰਦਾ ਮੈਨੂੰ 10 ਲੱਖ ਰੁਪਈਆ ਦਿਓ ਅਤੇ ਨਹੀਂ ਤਾਂ ਤੁਹਾਨੂੰ ਜਾਨੋਂ ਮਾਰ ਦਿੱਤਾ ਜਾਊਗਾ ਅਤੇ ਤੁਹਾਡੇ ਬੱਚੇ ਵੀ ਗਵਾਹ ਕਰ ਲੈਣੇ ਅਤੇ ਤੈਨੂੰ ਵੀ ਮੈਂ ਮਾਰ ਦੇਣਾ। ਅਤੇ ਮੈਂ ਆਖਿਆ ਵੀ ਰੁਪਈਆ ਇੱਕ ਨਹੀਂ ਮਿਲਣਾ ਅਤੇ ਮੈਂ ਕਾਨੂੰਨੀ ਕਾਰਵਾਈ ਨਾਲ ਤੇਰੇ ਤੋਂ ਬਚੂੰਗਾ, ਤੂੰ ਮੈਨੂੰ ਮਾਰ ਦੇ ਭਾਵੇਂ ਰਹਿਣ ਦਿਓ, ਤੇਰੀ ਮਰਜ਼ੀ ਹੈ। ਅਤੇ ਮੈਂ ਫਿਰ ਆਪਣੀ ਜਾਨ ਅਤੇ ਮਾਲ ਦੀ ਸੁਰੱਖਿਆ ਵਾਸਤੇ SSP ਸਾਹਿਬ ਦੇ ਪੇਸ਼ ਹੋਣ ਗਿਆ, ਉਹ ਨਹੀਂ ਮਿਲੇ ਅਤੇ SP ਹੈੱਡਕੁਆਰਟਰ ਬੀਬੀ ਜਸਵੰਤ ਕੌਰ ਨੂੰ ਮਿਲੇ ਅਤੇ ਉਹਨਾਂ ਨੇ ਮੇਰੀ ਇਹ ਸਾਰੀ ਕਹਾਣੀ ਸੁਣ ਕੇ ਅਤੇ ਇਹ ਮਾਰਕ ਕਰਤੀ ਹੈ DSP ਹੈੱਡਕੁਆਰਟਰ ਸਰਦਾਰ ਗੁਰਮੀਤ ਸਿੰਘ ਨੂੰ, ਉਹਨਾਂ ਜੰਡਿਆਲੇ ਥਾਣੇ ਵਟਸਐਪ ਕੀਤੀ ਆ ਮੇਰੀ ਦਰਖਾਸਤ ਅਤੇ ਇਹਨਾਂ ਨੇ ਚੌਂਕੀ ਗਹਿਰੀ ਵਾਲਿਆਂ ਨੇ ਉਹਨੂੰ ਸੰਦੀਪ ਸਿੰਘ ਗਾਜੇ ਨੂੰ ਪਰਸੋਂ ਮਤਲਬ 21 ਤਰੀਕ ਨੂੰ ਫੜ ਕੇ ਲੈ ਆਉਂਦਾ। ਵਾਰਤਾ ਤਾਂ 18 ਤਰੀਕ ਦੀ ਆ ਅਤੇ ਅੱਗੇ ਵੀ ਮੈਨੂੰ ਕਈ ਵਾਰੀ ਇਹ ਫੋਨ 'ਤੇ ਡਰਾਉਂਦਾ ਧਮਕਾਉਂਦਾ ਹੈ, ਪਰ ਉੱਦਣ ਮੇਰੀ ਕੋਠੀ 'ਚ ਧੱਕੇ ਨਾਲ ਐਂਟਰ ਹੋ ਕੇ ਇਹਨੇ ਸਾਨੂੰ ਮਾਰਨ ਕੁੱਟਣ ਦੀ ਵੀ ਕੋਸ਼ਿਸ਼ ਕੀਤੀ, ਪਰ ਸਾਡਾ ਰਿਸ਼ਤੇਦਾਰ ਅਚਾਨਕ ਹੀ ਉਸ ਵੇਲੇ ਆ ਗਿਆ ਅਤੇ ਫਿਰ ਇਹ ਥੋੜ੍ਹਾ ਠਿੰਬਰ ਗਿਆ। ਜਦੋਂ ਮੈਂ ਪੁਲਿਸ ਦਾ ਨਾਂ ਲਿਆ ਵੀ ਮੈਂ ਪੁਲਿਸ ਨੂੰ ਵੀ ਫੋਨ ਕਰਤਾ ਅਤੇ ਫਿਰ ਇਹਨੇ ਖਿਸਕਣਾ ਸ਼ੁਰੂ ਕਰਤਾ ਅਤੇ ਮੈਨੂੰ ਬਾਅਦਾ ਪਤਾ ਲੱਗਾ ਵੀ ਇਹ ਬੰਦਾ ਪਹਿਲਾਂ ਵੀ ਕਈਆਂ ਕੇਸਾਂ 'ਚ ਪੁਲਿਸ ਨੂੰ ਲੋੜੀਦਾ ਅਤੇ ਇੱਕ ਕੇਸ 'ਚ ਭਗੌੜਾ ਵੀ ਆ, ਅਤੇ ਇਸ ਕਰਕੇ ਮੈਂ ਇਹ ਸਾਰੀ ਜਿਹੜੀ ਪੁਲਿਸ ਨੂੰ ਆਪਣੇ ਸੁਰੱਖਿਆ ਦੀ ਦਰਖਾਸਤ ਦਿੱਤੀ ਆ, ਇਹ ਆਪਣੀ ਹਿਫਾਜ਼ਤ ਵਾਸਤੇ ਦਿੱਤੀ ਆ ਤਾਂ ਕਿ ਮੇਰੇ ਕੋਲ ਇਹ ਪੈਸੇ ਮੰਗਦਾ ਮੇਰੀ ਜਾਨ ਨੂੰ ਹੀ ਨਾ ਖਤਰਾ ਹੋ ਜਾਵੇ ਜਾਂ ਮੈਨੂੰ ਮਾਰ ਨਾ ਦੇਵੇ। ਮੇਰੇ ਛੋਟੇ ਬੱਚੇ ਪੜ੍ਹਦੇ ਆ 10-10 ਸਾਲ ਦੀਆਂ, ਬੇਟਾ ਮੇਰਾ ਇੱਕ ਹੀ ਹੈ ਉਹ ਬਾਹਰ ਆ, ਅਤੇ ਉਹ ਬੱਚੀਆਂ ਨੂੰ ਵੀ ਇਹਨੇ ਉੱਦਣ ਇੱਕ ਨੂੰ ਕੰਧ ਨਾ ਮਾਰਿਆ, ਨਾਲ ਆਖਿਆ ਵੀ ਇਹਨਾਂ ਨੂੰ ਗਵਾਹ ਕਰੂੰ ਅਤੇ ਪੈਸੇ ਦੇਵੇਂਗਾ, ਉੱਤਾਂ ਤੂੰ ਪੈਸੇ ਕਿਸੇ ਦੇਣ ਵਾਲਾ, ਬਸ ਇੰਨੀ ਹੀ ਗੱਲ ਹੈ। ਮੈਂ ਕੁਛ CCTV ਫੁਟੇਜ ਵਗੈਰਾ ਹੈਗੇ ਆ? ਹਾਂ, CCTV ਲੱਗੇ ਮੇਰੇ ਸਵੇਰ ਦੀ ਫੁਟੇਜ, ਕੱਲ੍ਹ ਦਾ ਅਸੀਂ ਕੋਸ਼ਿਸ਼ ਕਰਨ ਡਿਆ, ਉਹਦਾ ਪਾਸਵਰਡ ਨਹੀਂ ਮਿਲ ਰਿਹਾ, ਹੁਣ ਵੀ ਮੈਂ ਪਾਸਵਰਡ ਵਾਲਿਆਂ ਨੂੰ ਜਾਣ ਲੱਗਾ ਹਾਂ ਅਤੇ ਮੇਰੇ ਕੋਲ ਮਤਲਬ ਤੁਹਾਡੀ ਟੀਮ ਆਈ ਹੈ ਅਤੇ ਮੈਂ ਤੁਹਾਡਾ ਕਰਕੇ ਰੁਕਿਆ ਅਤੇ ਹੁਣ ਮੈਂ ਜਾ ਕੇ ਉਹ ਲਿਆ ਕੇ ਅਤੇ ਫੁਟੇਜ ਕਢਾਉਣੀ ਆ। 4 ਕੈਮਰੇ ਮੇਰੇ ਕੋਠੀ ਦੇ ਵਿੱਚ ਲੱਗੇ ਆ, ਉਹਦੇ ਵਿੱਚ ਪੂਰਾ ਆਇਆ, ਪਰ ਉਹ ਪਾਸਵਰਡ ਮਿਲਣ 'ਤੇ ਹੀ ਉਹ ਨਿਕਲਣੀ ਫੁਟੇਜ। ਸੰਦੀਪ ਸਿੰਘ ਉਰਫ ਗਾਜਾ ਜਿਹੜਾ ਵਾ, ਉਹ ਕਿਸ ਗੱਡੀ ਦੇ ਉੱਪਰ ਆਏ ਸੀ ਜਾਂ? ਹਾਂ, ਵਾਈਟ ਰੰਗ ਦੀ ਗੱਡੀ ਆ, 2007 ਖਨੀ ਉਹਦਾ ਨੰਬਰ ਆ, ਮਤਲਬ ਮੈਂ ਪੂਰਾ ਨੰਬਰ ਨਹੀਂ ਲੈ ਸਕਿਆ, ਮੈਂ ਮਾੜਾ ਜਿਹਾ ਪਤਾ ਲੱਗਾ ਸੀ। ਸਵਿਫਟ ਗੱਡੀ ਆ ਤਕਰੀਬਨ, ਮੈਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਦੀਆਂ ਕੰਪਨੀਆਂ, ਪਰ ਪਤਾ ਥੋੜ੍ਹਾ ਜਿਹਾ ਭਰੋਸੇਯੋਗ ਸੂਤਰਾਂ ਤੋਂ ਲੱਗਾ ਸੀ ਵੀ ਸਵਿਫਟ ਗੱਡੀ 'ਤੇ ਆਇਆ, ਅਤੇ ਮੇਰੇ ਬੂਹੇ ਗੜੀ ਗੱਡੀ ਇੰਨੇ ਕਿਲਾਂ 'ਚ ਖਿਲਾਰ ਛੱਡੀ, ਜਿੰਨਾ ਚਿਰ ਇੱਥੋਂ ਗਿਆ ਨਹੀਂ, ਬੂਹੇ ਗੜੀ ਗੱਡੀ ਲੱਗੀ ਰਹੀ ਆ, ਉਹ ਮੇਰੇ ਕੈਮਰੇ ਵਿੱਚ ਵੀ ਆਈ ਹੋਊਗੀ। ਇਕੱਲਾ ਹੀ ਜਾਂ ਕੋਈ? ਨਹੀਂ, ਇਕੱਲਾ ਹੀ, ਕੋਈ ਹੋਰ ਨਹੀਂ ਸੀ ਨਾਲ ਇਹਦੇ। ਉੱਧਰ ਦੂਜੇ ਪਾਸੇ ਪੁਲਿਸ ਅਧਿਕਾਰੀ ਦੇ ਵੱਲੋਂ ਵੀ ਇਸ ਮਾਮਲੇ ਦੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਫਰੋਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਵਾ, ਕੀ ਮਾਮਲਾ ਕੀ ਹੈਗਾ ਵਾ? ਇਹਦਾ ਸਾਡੇ ਨੋਟਿਸ 'ਚ ਆਇਆ, ਕੱਲ੍ਹ ਸਰਚ ਐਂਡ ਓਪਰੇਸ਼ਨ ਚੱਲ ਰਿਹਾ ਸੀਗਾ, ਕੈਸੋ ਕੋਡਨ ਐਂਡ ਸਰਚ ਓਪਰੇਸ਼ਨ, ਇਹਦੇ ਵਿੱਚ SSP ਸਾਹਿਬ ਦੇ ਡਾਇਰੈਕਸ਼ਨ 'ਤੇ ਅਸੀਂ ਘੇਰਾਬੰਦੀਆਂ ਇਲਾਕੇ ਦੀਆਂ ਮਾੜੇ ਬੰਦਿਆਂ ਦੀਆਂ ਕੀਤੀਆਂ ਸੀਗੀਆਂ। ਉਹਦੇ ਵਿੱਚ ਸੰਦੀਪ ਸਿੰਘ ਉਰਫ ਗਾਜਾ ਵਡਾਲਾ ਜੌਲ ਹੈ, ਇਹਨੇ ਇੱਕ ਤਾਂ ਗੁਰਪਾਲ ਸਿੰਘ ਸਾਬਕਾ ਸਰਪੰਚ ਆ ਉਹਦੇ ਕੋਲ
घर जाके भी मैं जग्गू भगवानपुरी का डरावा दे के 10 लाख की फिरौती मंगी तो परिवार को जो नहीं देंगे तो जानों मार दियाँ धमकिया दतिया जी। सैकेंडली ये साढ़े एक एन डी ड्रग के भगौड़ा सगा बंदा तो ये 11 मुकदमे दर्ज ने तो साड़िया पुलिस टीम चौकी इंचार्ज राजबीर तो खुद सारे जाके इन काबू किया अरैसट कर लिया होया वा। तीन मुकदमे जिन्हें अरैसट यदि अरैसट पाती है कोर्ट च पेश करा रिमांड लैके अगली पूछगिछ करा ये को जोड़ा मोबाइल है फोन मिलया रिकवर होया असी साइबर सैल की हैल्प के नाल देखा भी कितने कितने ये टारगेट जुड़े हुए हैं। ये मोबाइल तो संपर्क के देखा फिलहाल जो यदा कहना सगा भी एक डरावा दे के एक किसान को एक सर सबका सरपंच के घरों 10 लाख की फिरौती ने मंगन की कोशिश की है भगौड़ा भी सी अरैसट कर लिया गया वा अगली पुछगिछ की जा रही है। उन्होंने बेटियां भी जी धमकी लाई है कि चुक के ले जाऊंगा। हाँ हाँ जी ये जो गुरपाल सिंह के कहने मुताबक भी उन्होंने स्टेटमेंट मुताबक इन्हें जरूर धमकी भी लाई घर भी गया तो गुंडागर्दी टाइप इन्हें की असी जो कानून के मुताबक इतने कार्रवाई कर दी है तो फर्दर इन्वेस्टिगेशन जारी है जी। साढ़े ये फरौती भी है 387 जी तो सैकेंडली मैं भगौड़ा ही कोर्ट चो वक्रा एक परचा दर्ज किया गया 229 का तो असी जो कह दे कानून के मुताबिक कार्रवाई करके तो फर्दर साड़ी चल रही है। स्काई न्यूज़ पंजाब के लिए अमृतसर तो रघु महेंद्रू की रिपोर्ट।